ना हाले तक सह लिया ना सह लवांगे जब तक जान विच जान है ऑर्डिनेंस कैंसल करवा के रहांगे। पीपति नवांशहर देख रहे हो, मैं तुहाडा अपना परिवारक मैंबर दिनेश सूरी लंगड़ोए पहुंचे हाँ। फिर तो अज जिहड़ा धरना लगे हो छोटी जी कॉल से बहुत वीर भैन भरा कट्ठे हुए ने, मैं चाहना कैमरामैन दिखा देना कि मोहरे बीबियां भी बैठिया ने और साढ़े नाल फिर तो मौजूद ने बैंस साहब ढेसी साहब लंबड़दार जी होर पंतवत्ते सज्जन जी की तुम गलबात हमेशा लाइक कर दौ पसंद कर दौ। बैंस साहब अज किस गल से कॉल सी अज इतने लोगों जो क्यों सद्या गया धरना क्यों दिता गया? अज का जो सारा इकट्ठ है सारे पंजाब दे विच होए आ वो हरियाणा दे विच किसानां दे पुलिस ने लाठीचार्ज किया पानी दीआं पछाड़ां मारियां फड़ के अंदर दिते गए और खिलाफ सारे पंजाब दे विच 2 घंटे लिए बंद कर दिता गया सदा और नाल दी नाल अहीं सरकारां नूं कहना चाहुंदे आ जिन्ना सानूं उह छेड़नगे उन्ना ही दुख पाणगे पकाया और जिथे जिथे भी साडा विरोध होगा उन्ना ही उह जब्बे पाण लगे तब्बे रोस जागे ये होगा पक्का जिन्ना किसान नूं दुख देणगे उह दुख पाणगे पकाया। ਤੁਹਾਨੂੰ ਆਪਣੇ ਨਵੇਂ ਸ਼ਹਿਰ ਜਾਂ ਪੰਜਾਬ 'ਚ ਜਿਹੜਾ ਪ੍ਰਸ਼ਾਸਨ ਹੈ ਪੁਲਿਸ ਪ੍ਰਸ਼ਾਸਨ ਦਾ ਸਹਿਯੋਗ ਮਿਲ ਰਿਹਾ ਕਿ ਇੱਥੇ ਵੀ ਧੱਕਾ ਹੋ ਰਿਹਾ? ਕਿੱਦਾਂ ਜੀ? ਨਵੇਂ ਸ਼ਹਿਰ ਵਿੱਚ ਪੰਜਾਬ 'ਚ ਜਿਹੜਾ ਪੁਲਿਸ ਪ੍ਰਸ਼ਾਸਨ ਆ ਉਹਦਾ ਸਹਿਯੋਗ ਮਿਲ ਰਿਹਾ ਕਿ ਧੱਕਾ ਹੀ ਹੋ ਰਿਹਾ ਇੱਥੇ ਵੀ? ਇਹ ਕੋਈ ਸਹਿਯੋਗ ਦੀ ਸਾਨੂੰ ਕਿਸੇ ਦੀ ਕੋਈ ਲੋੜ ਨਹੀਂ, ਸਾਨੂੰ ਕਿਸਾਨਾਂ ਦੇ ਸਹਿਯੋਗ ਦੀ ਲੋੜ ਹੈ। ਜੇ ਸਾਨੂੰ ਕਿਸਾਨ ਸਹਿਯੋਗ ਦਿੰਦੇ ਆ ਸਾਰਿਆਂ ਨੂੰ ਰੋਲ ਕੇ ਰੱਖ ਦੇਵਾਂਗੇ, ਸਾਨੂੰ ਕਿਸੇ ਸਹਿਯੋਗ ਦੀ ਲੋੜ ਨਹੀਂ। ਅੱਛਾ, ਕੈਪਟਨ ਸਾਹਿਬ ਨੇ ਉਹਨੇ ਗੱਲ ਫੜ ਲਈ, ਕਹਿੰਦੇ ਜੀ ਇਹਨਾਂ ਧਰਨਿਆਂ ਦਾ ਕੋਈ ਫਾਇਦਾ ਨਹੀਂ, ਕੋਈ ਲੌਜਿਕ ਨਹੀਂ। ਪਰ ਅਸੀਂ ਪੁੱਛਣਾ ਚਾਹੁੰਦੇ ਹਾਂ, ਆਮ ਪਬਲਿਕ ਪੁੱਛਦੀ ਆ, ਜੇ ਕਿਸਾਨਾਂ ਦੇ ਧਰਨਿਆਂ ਤੋਂ ਕੋਈ ਫਾਇਦਾ ਨਹੀਂ ਫਿਰ ਰਾਹੁਲ ਗਾਂਧੀ ਨੂੰ ਇੱਥੇ ਕਿਹੜੇ ਅੰਬ ਲਾਉਣ ਲਈ ਸੱਦਿਆ ਸੀ? ਜਿਹੜਾ ਰਾਹੁਲ ਗਾਂਧੀ ਆ ਅਸੀਂ ਉਹਨੂੰ ਵੀ ਕਹਿੰਦੇ ਹਾਂ, ਅਸੀਂ ਅਕਾਲੀਆਂ ਨੂੰ ਵੀ ਕਹਿੰਦੇ ਹਾਂ, ਜੇ ਧਰਨੇ ਇੱਥੇ ਸਰਕਾਰ ਸਾਰਾ ਜਿਹੜੀਆਂ ਸੜਕਾਂ ਵੀ ਰੋਕੀਆਂ, ਰੇਲਾਂ ਵੀ ਰੋਕੀਆਂ, ਕਿਸਾਨ ਪੂਰੇ ਪੰਜਾਬ ਦੇ ਵਿੱਚ ਬੰਦ ਕੀਤਾ ਆ, ਉਹ ਦਿੱਲੀ ਦੇ ਵਿੱਚ ਜਾ ਕੇ ਕਰ ਲੈਣ ਜੋ ਕਰਨਾ, ਇੱਥੇ ਡਰਾਮੇ ਕਰਨ ਆਉਂਦੇ ਆ, ਇੱਥੇ ਉਹਨਾਂ ਦੀ ਕੋਈ ਲੋੜ ਨਹੀਂ ਹੈਗੀ, ਉਹ ਲੋਕਾਂ ਨੂੰ ਛਿੱਤਰ ਖਾ ਕੇ ਜਾਣਗੇ। ਰਾਹੁਲ ਗਾਂਧੀ ਡਰਾਮੇ ਕਰਨਾ ਹੈ ਤੁਸੀਂ ਇਹ ਕਹਿੰਦੇ ਹੋ ਨਾ? ਤੇ ਲੰਬੜਦਾਰ ਜੀ ਤੁਹਾਡੇ ਇਸ ਬਾਰੇ ਕੀ ਕਹਿਣਾ ਕਿ ਜਿਹੜੀ ਲਾਠੀ ਚਾਰਜ ਕੀਤਾ ਗਿਆ ਹਰਿਆਣੇ ਵਿੱਚ? ਇਹ ਬਹੁਤ ਗਲਤ ਕੰਮ ਕੀਤਾ ਗਿਆ, ਬਹੁਤ ਜ਼ਿਆਦਾ ਗਲਤ ਕੰਮ ਕੀਤਾ ਗਿਆ। ਇਹ ਜਿਹੜਾ ਉਹਨੇ ਕੀਤਾ ਇਹ ਬਹੁਤ ਮਾੜੀ ਗੱਲ ਕੀਤੀ ਹੈ ਪੁਲਿਸ ਵਾਲਿਆਂ ਨੇ, ਇਹ ਲੋਕਾਂ ਨੂੰ ਇਹਨਾਂ ਨੂੰ ਹਰਜਾਨਾ ਭੁਗਤਣਾ ਪਊਗਾ। ਪਰ ਜੋ ਵੀ ਕਿਸਾਨ ਨੂੰ ਕੋਈ ਬੰਦਾ ਗਲਤ ਕਹੂਗਾ ਉਹਦੇ ਕੀੜੇ ਪੈਣਗੇ। ਇਹ ਆਪਾਂ ਦੇਖੋ ਜਿਹੜਾ ਮੋਦੀ ਨੇ ਇਹ ਕਾਨੂੰਨ ਕਾਲਾ ਪੈਦਾ ਕੀਤਾ ਨਾ, ਦੇਖੋ ਉਸਨੇ ਪਹਿਲਾਂ ਕਿਹਾ ਰਾਤ ਨੂੰ ਤੁਹਾਡੇ ਖਾਤਿਆਂ ਦੇ ਵਿੱਚ 15-15 ਲੱਖ ਤੁਹਾਨੂੰ ਮਿਲੇ ਨਹੀਂ, ਲੈ ਇੱਕ ਪੈਸਾ ਸਾਡੇ ਪੈਸੇ ਖੋਲੇ ਸਾਰੇ ਜਿਹੜੇ ਪੈਸੇ ਮਾੜੇ। ਇਹ ਕਹਿ ਰਹੇ ਨੇ ਕਿ ਸਾਨੂੰ 15 ਲੱਖ ਕੀ ਦੇਣਾ, ਸਾਡੇ ਵੀ ਖੋ ਰਿਹਾ, ਸਾਡੀ ਜ਼ਮੀਨਾਂ ਖੋ ਰਿਹਾ। ਦੇਖੋ ਜਿਹੜਾ ਉਹ ਪੈਸੇ ਬੰਦੀ ਕਰਕੇ ਕਿਸੇ ਕੋਲ ਪੈਸੇ ਸੀਗੇ 4 ਉਹਦੇ ਕੋਲ ਮਿਲ ਜਾਂਦੇ ਤੇ ਉਹਨਾਂ ਦੇ ਪੈਸੇ ਕਾਗਜ਼ ਬਣ ਗਏ, ਉਹ ਲੋਕਾਂ ਨੇ ਸੁੱਟ ਦਿੱਤੇ। ਜਿਹੜੇ ਗਰੀਬ ਤਬਕਾ ਉਹਨਾਂ ਕੋਲ ਲੈ ਲੈਂਦਾ ਸੀਗਾ, ਉਹਨੇ ਆਪਣੇ ਜਿਹੜੇ ਅਵਾਨੀਆਂ ਦੇ ਪੈਸੇ ਉਹ ਪਹਿਲਾਂ ਉਹਨਾਂ ਦੇ ਬਦਲਾਅ ਕਰ ਦਿੱਤਾ। ਨੋਟਬੰਦੀ ਦਾ ਵੀ ਨਹੀਂ ਕੋਈ ਫਾਇਦਾ ਹੋਇਆ? ਨੋਟਬੰਦੀ ਦਾ ਫਾਇਦਾ ਕਿਆ, ਹੁਣ ਡੋਬ ਕੇ ਰੱਖ ਦਿੱਤਾ ਕਿਸਾਨੀ ਦਾ, ਜਿਹੜਾ ਜ਼ਮੀਨ ਹੈ ਬਹੁਤ ਘੱਟ ਗਈ ਅੱਗੇ ਨਾਲੋਂ, ਉਹ ਤਾਂ ਕੋਈ ਪੁੱਛਦਾ ਹੀ ਨਹੀਂ ਹੈ ਜ਼ਮੀਨ ਨੂੰ, ਕਿਉਂਕਿ ਇਹ ਸਾਰਾ ਮਾੜਾ ਹਾਲ ਜ਼ਿਮੀਦਾਰ ਤੇ ਪਿਆ। ਚਲੋ ਮਜ਼ਦੂਰ ਤੇ ਪਿਆ, ਬਹੁਤ ਸਹੀ ਗੱਲ ਹੈ। ਪਰ ਇੱਕ ਗੱਲ ਤੁਸੀਂ ਦੱਸਿਓ, ਕਿਉਂਕਿ ਕੈਪਟਨ ਸਾਹਿਬ ਕਹਿੰਦੇ ਹੁਣ ਰੇਲਾਂ ਚਲਾ ਦਿਓ, ਰੇਲਾਂ ਚਲਾਉਂਗੇ ਫਰਟੀਲਾਈਜ਼ਰ ਆਊਗਾ ਤਾਂ ਹੀ ਜਿਹੜਾ ਅੱਗੇ ਜਿਹੜੀ ਬਿਜਾਈ ਹੋਣੀ ਆ ਜਾਂ ਸਾਡਾ ਫਾਇਦਾ ਹੋਣਾ ਜਾਂ ਜਿਹੜੇ ਪੈਟਰੋਲ ਪੰਪ ਚੱਲੂਗੇ ਤਾਂ ਹੀ ਜਿਹੜਾ ਕਿਸਾਨ ਹੈ ਖੇਤਾਂ 'ਚ ਕੰਮ ਕਰ ਸਕਦਾ। ਪਰ ਉੱਥੇ ਹੀ ਜਿਹੜੀ ਆਮ ਪਬਲਿਕ ਉਹ ਇਹ ਪੁੱਛਦੀ ਆ ਕਿ ਤੁਸੀਂ ਐਡੀਆਂ ਐਡੀਆਂ ਰੈਲੀਆਂ ਕੱਢਦੇ ਆ, ਉਹਦਾ ਜਿਹੜਾ ਪੈਟਰੋਲ ਆ ਡੀਜ਼ਲ ਉਹ ਕਿੱਥੋਂ ਆਉਂਦਾ? ਦੇਖੋ ਜਿਹੜੀ ਕਾਂਗਰਸ ਪਾਰਟੀ ਆ ਜਾਂ ਜਿਹੜੀਆਂ ਹੋਰ ਸਿਆਸੀ ਪਾਰਟੀਆਂ, ਅਕਾਲੀ ਪਾਰਟੀ ਆ ਜਾਂ ਭਾਰਤੀ ਜਨਤਾ ਪਾਰਟੀ ਆ, ਇਹਨਾਂ ਲੋਕਾਂ ਦੀ ਕਾਰਪੋਰੇਟਾਂ ਦੇ ਨਾਲ ਜਾਰੀ ਆ। ਇਹ ਜਿਹੜੇ ਕਿਸਾਨ ਆ, ਇਹ ਕਿਸਾਨ ਜਿਹੜਾ ਮਤਲਬ ਕਾਰਪੋਰੇਟ ਖੇਤੀ ਮਾਡਲ ਆ ਉਹਦਾ ਵਿਰੋਧ ਕਰ ਰਹੇ ਆ। ਇਹ ਜਿਹੜੀਆਂ ਸਿਆਸੀ ਪਾਰਟੀਆਂ ਕਾਰਪੋਰੇਟ ਖੇਤੀ ਮਾਡਲ ਦਾ ਵਿਰੋਧ ਨਹੀਂ ਕਰ ਰਹੀਆਂ, ਇਹ ਵਿਦੇਸ਼ੀ ਕੰਪਨੀਆਂ ਨੂੰ ਸੱਦਾ ਦਿੰਦੀਆਂ ਇੱਥੇ ਆ ਕੇ ਕਿ ਤੁਸੀਂ ਸਾਡੇ ਦੇਸ਼ ਦੇ ਵਿੱਚ ਉਦਯੋਗ ਲਾਓ, ਸਾਡੇ ਦੇਸ਼ ਦੇ ਵਿੱਚ ਕਾਰਖਾਨੇ ਲਾਓ, ਤੁਸੀਂ ਇੱਥੋਂ ਜਿਹੜੀ ਕਮਾਈ ਕਰੋ, ਇੱਥੋਂ ਜਿਹੜੀਆਂ ਜ਼ਮੀਨਾਂ ਅਕੁਆਇਰ ਕਰਕੇ ਕਿਸਾਨ ਡੱਬਾ ਚੱਕ ਕੇ ਖੇਤਾਂ 'ਚ ਕੰਮ ਕਰੇ। ਕਿਸਾਨ ਜਿਹੜਾ ਆ, ਕਿਸਾਨ ਉਸ ਵੇਲੇ ਆਪਣੀ ਜ਼ਮੀਨ ਛੱਡ ਦੇਊਗਾ, ਕਿਉਂਕਿ ਜਦੋਂ ਸਬਸਿਡੀਆਂ ਖਤਮ ਕੀਤੀਆਂ ਜਾ ਰਹੀਆਂ ਤੇ ਖੇਤੀ ਦੇ ਜਿਹੜੇ ਲਾਗਤ ਖਰਚੇ ਆ, ਦਵਾਈਆਂ ਮਹਿੰਗੀਆਂ ਕੀਤੀਆਂ ਜਾ ਰਹੀਆਂ, ਖਾਦਾਂ ਮਹਿੰਗੀਆਂ ਕੀਤੀਆਂ ਜਾ ਰਹੀਆਂ, ਤੇਲ ਮਹਿੰਗਾ ਕੀਤਾ ਜਾ ਰਿਹਾ, ਇਹ ਜਿਹੜੇ ਟਰੈਕਟਰ ਆ ਸਾਰੀ ਮਸ਼ੀਨਰੀ ਮਹਿੰਗੀ ਕੀਤੀ ਜਾ ਰਹੀ ਆ, ਜਦੋਂ ਕਿਸਾਨ ਦੇ ਜਿਹੜੇ ਲਾਗਤ ਖਰਚੇ ਆ ਉਹੀ ਵੱਧ ਗਏ ਤੇ ਕਿਸਾਨ ਜਿਹੜਾ ਆ ਉਹ ਸੜਕਾਂ ਤੇ ਆ ਜਾਊਗਾ। ਆਇਆ ਹੀ ਹੋਇਆ ਜੀ, ਸੜਕਾਂ ਤੇ ਆਇਆ ਹੋਇਆ ਜੀ। ਅੱਛਾ, ਮੈਂ ਢੇਸੀ ਸਾਹਿਬ ਤੁਹਾਡੇ ਤੋਂ ਪੁੱਛਣਾ ਚਾਹੁੰਦਾ, ਕੈਪਟਨ ਸਾਹਿਬ ਕਹਿੰਦੇ ਆ
कि आम पब्लिक कहना नहीं मानती, पर आम पब्लिक पुछदी है कि मोदी कहना मानता कि नहीं मानता। मोदी ने तो ऐसा जरा क्लच तो गेयर चक्या स्पीड च पा के, वो क्लच क्लच से मुड़ के पैरे नहीं रख रहा। पहला हम 300 सारा धारा 70 तोड़ी, फिर राम मंदिर बनाया, कदे लव जहाद मान लो कोई भी हूँ, फिर लांचिंग की गऊं दे, जे कि को दुधारू गऊं भी ले जानिया उन्हें भी कुट कुट के मार देना धक्के नाले, अगले दे कह देना इहदा जी गऊ का मास वा। सो इस करके हुण मोदी ने जिहड़ा गलत समा जिहड़ा गलत पंगा लिया आ, पुराने समय च किसान कहिंदे हुंदे कि भई जदों गिद्दड़ दी मौत आउंदी आ उहदे मुन्ने नाल आ के कहिंदा। सो हुण जिहड़ी इहदी मौत आ गई आ, हुण पंजाबियां नाल पंगा लिया इहनीं दा, 22 साल बाद जाके मूंह मसौना जाके बदला लै लिया सी, होर जिन्नियां भी इतिहासक गल्लां आ। मतलब अज हुण जिहदा मैं उदण भी दस्सिया सीगा भई कुदरती तौर ते ਉਹ ਜਿਹੜਾ ਚੱਜਾ ਬੰਦਾ ਜਿਹੜਾ ਮਾੜਾ ਬੰਦਾ ਜੰਮ ਪੈਂਦਾ ਪਰਿਵਾਰ 'ਚ, ਜਿੱਦਾਂ ਹੁਣ ਉੱਧਰ ਕਾਂਗਰਸ ਦੇ ਜਿਹੜਾ ਰਾਹੁਲ ਗਾਂਧੀ ਜੰਮ ਪਿਆ ਅਤੇ ਪੰਜਾਬ 'ਚ ਸੁਖਬੀਰ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਦੇ ਜੰਮ ਪਿਆ, ਦੋਵੇਂ ਜਿਹੜਾ ਆਪਣੀਆਂ ਪਾਰਟੀਆਂ ਨੂੰ ਖੜ੍ਹਾ। ਬਾਦਲ ਦੀ ਤਾਂ ਇੱਕ ਵੀਡੀਓ ਵੀ ਇੱਕ ਜੱਗ ਜ਼ਹਿਰ ਹੋ ਗਈ ਹੈ, ਕਿਸੇ ਜਿਹੜੇ ਮੌਲਵੀ ਦੇ ਪੈਰੀ ਹੱਥ ਲਾਉਂਦੇ ਪਏ ਨੇ, ਉਹ ਤਾਂ ਸਾਰੀ ਜੱਗ ਜ਼ਹਿਰ ਜੀ। ਹੁਣ ਤਾਂ ਮੌਲਵੀ ਛੱਡਿਆ ਆਮ ਕਿਸਾਨਾਂ ਦੇ ਪੈਰੀ ਹੱਥ ਲਾਉਣ 'ਤੇ ਤੁਰਿਓ ਆ, ਉਹਨਾਂ ਦੀ ਪਾਰਟੀ ਦੇ ਬੰਦੇ ਜਿਹੜਾ ਪਿੰਡਾਂ 'ਚ ਰੈਲੀਆਂ ਲਈ ਸਾਡੇ ਬਰਾਬਰ ਜਾਣ ਕੇ ਰੈਲੀਆਂ ਰੱਖਦੇ ਆ ਔਰ ਮਿਹਨਤਾਂ ਕਰਦੇ ਆ। ਇਹੀ ਆ ਬਰਾਬਰ ਰੈਲੀਆਂ ਕਿਉਂ ਰੱਖਦੇ ਆ, ਕਿਉਂਕਿ ਉਹ ਕਹਿੰਦੇ ਆ ਕਿ 2.5 ਲੱਖ ਬੰਦਾ ਸੀ, 13 ਜਾਂ 14 ਹਜ਼ਾਰ ਪਿੰਡ ਆ, ਤਾਂ ਆਪ ਹੀ ਹਿਸਾਬ ਲਾ ਲਈਏ ਕਿੰਨਾ ਕਿੰਨਾ ਬੰਦਾ ਪਿੰਡਾਂ 'ਚੋਂ ਆਇਆ। ਉਹੀ ਉਹ ਜਿਹੜੇ ਜੱਟ ਆ ਕਿਸਾਨ ਆ ਜਿਹੜਾ ਤੇਲ ਖਰਚ ਕੇ ਦਰਬਾਰ ਸਾਹਿਬ ਤੋਂ ਜਾਂ ਅੰਮ੍ਰਿਤਸਰ ਸਾਹਿਬ ਤੋਂ ਜਿਹੜਾ ਚੰਡੀਗੜ੍ਹ ਗਏ ਆ, ਅਕਾਲ ਤਖ਼ਤ ਤੋਂ ਚੰਡੀਗੜ੍ਹ ਗਏ ਜਾਂ ਹੋਰ ਏਰੀਆ 'ਚੋਂ ਗਏ ਆ, ਉਹੀ ਤੇਲ ਆਮ ਪਬਲਿਕ ਦੇ ਟਰੈਕਟਰਾਂ 'ਚ ਪਵਾ ਦਿੰਦੇ, ਫਿਰ ਦਿਲ ਨਾ ਜਿੱਤ ਸਕਦੇ। ਨਹੀਂ ਉਹ ਜਿੱਤ ਹੁਣ ਵੀ ਨਹੀਂ ਸਕਣਾ ਜੀ ਉਹਨੀ, ਕਿਉਂਕਿ ਦੋਹਾਂ ਪਾਰਟੀਆਂ ਦੀ ਹਾਲਤ ਬਹੁਤ ਪਤਲੀ ਹੋ ਗਈ ਆ ਪਿੰਡਾਂ 'ਚ। ਲੋਕ ਆਮ ਤੌਰ 'ਤੇ ਹੁਣ, ਇੱਕ ਤਾਂ ਪਹਿਲਾਂ ਹੁੰਦਾ ਸੀਗਾ ਵੀ ਕੁਛ ਅਸੀਂ ਕਿਸਾਨ ਜਥੇਬੰਦੀਆਂ ਕਹਿੰਦੇ ਹੁੰਦੇ ਸੀਗੇ ਭਈ ਇਹ ਜਿਹੜਾ ਦੋਵੇਂ ਪਾਰਟੀਆਂ ਬਹੁਤ ਮਾੜੀਆਂ ਆ। ਹੁਣ ਜਿਹੜਾ ਆਮ ਸਧਾਰਨ ਕਿਸਾਨ ਹੈ ਉਹਨੂੰ ਵੀ ਜਿਹੜਾ ਸਮਝ ਜਿਹੜਾ ਲੱਗ ਗਿਆ ਆ ਭਈ ਜਿਹੜੀਆਂ ਦੋਹਾਂ ਪਾਰਟੀਆਂ ਦੇ ਪਾਰਟੀਆਂ ਜਿਹੜੀਆਂ ਬਹੁਤ ਨਿਕੰਮੀਆਂ ਆ ਔਰ ਦੋਹਾਂ ਪਾਰਟੀਆਂ ਨੇ ਜਿਹੜਾ ਰਲ ਕੇ ਹੀ ਇਹ ਬਿੱਲ ਪਾਸ ਕਰਵਾਏ ਆ, ਫਿਕਸਿੰਗ ਨਾਲ ਮੈਚ ਕਰਦੇ ਆ, ਮੈਚ ਫਿਕਸਿੰਗ ਹੀ ਹੋਇਆ ਜੀ, ਦੋਹਾਂ ਪਾਰਟੀਆਂ ਨਾਲ ਰਲ ਕੇ ਜਿਹੜੇ ਪਾਸ ਕਰਵਾਏ ਆ। ਅਤੇ ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਵੀ ਆਲੂ ਵਾਲੀਆਂ ਕਮੇਟੀ ਜਿਹੜੀ ਬਣਾਈ ਆ ਉਹਦੀਆਂ ਵੀ ਸਿਫਾਰਿਸ਼ਾਂ ਬਿਲਕੁਲ ਇਹੀ ਸੇਮ ਹੈ, ਜੋ ਇਹ ਤਿੰਨ ਬਿੱਲ ਪਾਸ ਕੀਤੇ ਆ ਉਹਨਾਂ ਦੀਆਂ ਵੀ ਉਹੀ ਆ। ਸੋ ਇਸ ਕਰਕੇ ਦੋਵੇਂ ਇੱਕੋ ਆ, ਹੁਣ ਆਮ ਕਿਸਾਨਾਂ ਨੂੰ ਪਤਾ ਲੱਗ ਗਿਆ, ਹੁਣ ਜਿਹੜਾ ਆਮ ਕਿਸਾਨਾਂ ਦੇ ਝਾਂਸੇ 'ਚ ਨਹੀਂ ਆਉਣਗੇ, ਇਹਨਾਂ ਨੂੰ ਬਿਲਕੁਲ ਮੂੰਹ ਨਹੀਂ ਲਾਉਣਗੇ। ਠੀਕ ਹੈ ਜੀ, ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ? ਮੈਂ ਕਹਿਣਾ ਚਾਹੁੰਦਾ ਕਿ ਹਿੰਦੁਸਤਾਨ ਦੀਆਂ 200 ਕਿਸਾਨ ਜਥੇਬੰਦੀਆਂ, ਪੰਜਾਬ ਦੀਆਂ 31 ਜਥੇਬੰਦੀਆਂ ਅੱਜ ਸੰਘਰਸ਼ੀਲ ਹੈ। ਜਿਹੜੀ ਮੋਦੀ ਨੇ ਪਿਛਲੇ ਦਿਨਾਂ 3 ਆਰਡੀਨੈਂਸ ਕੀਤੇ ਆ, ਉਦੋਂ ਬਾਅਦ ਕਾਨੂੰਨ ਬਣਾਏ 3 ਧੱਕੇ ਨਾਲ ਕਰਾਏ ਆ, ਬਿਜਲੀ ਐਕਟ ਬਣਾਇਆ 2020 ਦਾ, ਇਹਦੇ ਖਿਲਾਫ਼ ਅੱਜ ਸਾਰੇ ਹਿੰਦੁਸਤਾਨ 'ਚ ਪੰਜਾਬ ਭਰ ਦੇ ਵਿੱਚ ਕਿਸਾਨ ਸੜਕਾਂ 'ਤੇ ਆ। ਅਤੇ ਮੈਂ ਕਹਿਣਾ ਚਾਹੁੰਦਾ, ਮੇਰੇ ਨਾਲ ਕੁੱਲ ਹਿੰਦ ਕਿਸਾਨ ਸਭਾ ਦੇ ਸੈਕਟਰੀ ਪ੍ਰੀਤ ਸਿੰਘ ਕੌਲਗੜ, ਮਹਿੰਗਾ ਸਿੰਘ ਵਾਈਸ ਪ੍ਰਧਾਨ, ਮੈਂ ਜ਼ਿਲ੍ਹੇ ਦਾ ਪ੍ਰਧਾਨ ਹੈ ਤੈਨਾਤੇ ਹੋਣ ਦੇ ਬਾਵਜੂਦ, ਅਤੇ ਕਿਸਾਨ ਸਭਾ ਦਾ ਵਾਈਸ ਪ੍ਰਧਾਨ ਹੈ। ਅਸੀਂ ਕਹਿਣਾ ਚਾਹੁੰਦੇ ਹਾਂ ਕਿ ਇਹ ਲੜਾਈ ਆਰ ਪਾਰ ਦੀ ਲੜਾਈ ਆ, ਜਦੋਂ ਕਿਸਾਨ ਜਾਗ ਉੱਠਿਆ ਅਤੇ ਮੋਦੀ ਨੂੰ ਹਾਰ ਖਾਣੀ ਪਏਗੀ। ਇਹ 3 ਜਿਹੜੇ ਕਾਨੂੰਨ ਹੈ, ਕਾਲੇ ਕਾਨੂੰਨ ਹੈ, ਉਹ ਵਾਪਸ ਲੈਣੇ ਪੈਣਗੇ। ਪਰ ਅਸੀਂ ਨਹੀਂ ਕਹਿਣਾ ਚਾਹੁੰਦੇ ਕਿ ਇਹ ਛੋਟੇ ਜਿਹੇ ਸੰਘਰਸ਼ ਨਾਲ ਹੋਣਾ, ਇਹ ਸੰਘਰਸ਼ ਵੱਡੇ ਪੱਧਰ 'ਤੇ ਹੋ ਰਿਹਾ ਸ਼ੁਰੂਆਤ ਔਰ ਲੰਮਾ ਜਾ ਰਿਹਾ, ਇਹ ਸ਼ੁਰੂਆਤ ਹੈ। ਹੋ ਸਕਦਾ ਸਾਨੂੰ 4 ਸਾਲ ਲੜਨਾ ਪਵੇ, ਇਹਨੂੰ ਗੱਦੀ 'ਤੇ ਲੈਣਾ ਪੈਣਾ। ਅੱਜ ਸਾਡਾ ਮੁੱਖ ਨਿਸ਼ਾਨਾ ਭਾਰਤੀ ਜਨਤਾ ਪਾਰਟੀ ਸਰਕਾਰ ਹੈ, ਮੋਦੀ ਸਰਕਾਰ ਹੈ, ਆ ਬਾਕੀ ਪੰਜਾਬ ਦੀਆਂ ਛੱਡ ਲਓ, ਪੰਜਾਬ ਦੀ ਅਕਾਲੀ ਦਲ। ਬੀਜੇਪੀ ਵਾਲੇ ਤਾਂ ਕਹਿੰਦੇ ਅਸੀਂ ਘਰ ਘਰ ਜਾ ਕੇ ਕਿਸਾਨਾਂ ਨੂੰ ਮਨਾ ਰਹੇ ਔਰ ਕਿਸਾਨ ਸਮਰਥਨ ਵੀ ਦੇ ਰਹੇ ਸਾਨੂੰ। ਨਹੀਂ ਮੰਨਣਗੇ, ਨਾ ਬੀਜੇਪੀ ਲਾਗੇ ਲੱਗਣਗੇ, ਸੁਪਨੇ 'ਚ ਕਹਿ ਰਹੇ ਜਿਹੜੇ ਕਿਸਾਨ ਉਹਨੀ ਅਹੁਦੇਦਾਰ ਬਣਾਇਆ, ਕਿਸਾਨ ਸੈੱਲ ਬਣਾਇਆ, ਉਹ ਵੀ ਸੈਂਕੜਿਆਂ ਦੀ ਗਿਣਤੀ 'ਚ ਰਿਜ਼ਾਈਨ ਕਰਕੇ ਇਹਨਾਂ ਸੰਘਰਸ਼ਾਂ 'ਚ ਸ਼ਾਮਿਲ ਹੋਣਗੇ। ਇਸ ਕਰਕੇ ਮੈਂ ਕਹਿਣਾ ਚਾਹੁੰਦਾ, ਪੰਜਾਬ ਦੀ ਕਿਸਾਨੀ ਜਾਗ ਚੁੱਕੀ ਹੈ, ਸਾਰੇ ਹਿੰਦੁਸਤਾਨ ਦੀ ਕਿਸਾਨ ਜਾਗ ਚੁੱਕੀ ਹੈ। ਜਿਹੜੀ ਸਵਾਮੀਨਾਥਨ ਦੀਆਂ ਸਿਫਾਰਿਸ਼ਾਂ ਲਾਗੂ ਨਹੀਂ ਕੀਤੀਆਂ, ਹਲਫੀਆ ਬੈਨ ਦੇ ਦਿੱਤਾ, ਮੋਦੀ ਦਾ ਚਿਹਰਾ ਮੋਹਰਾ ਉੱਥੋਂ ਨੰਗਾ ਹੋ ਗਿਆ ਕਿ ਮੈਂ ਕਿਸਾਨਾਂ ਦੇ ਹਿੱਤ ਦੇ ਵਿੱਚ ਸਵਾਮੀਨਾਥਨ ਲਾਗੂ ਕਰ ਸਕਦਾ। ਉਲਟਾ ਜਿਹੜੀ ਬਿਜਲੀ ਬੋਰਡ ਹੈ ਇਹਨੂੰ ਤੋੜ ਕੇ ਸੈਂਟਰ ਥੱਲੇ ਲੈ ਗਿਆ, ਮੰਡੀ ਬੋਰਡ ਦਾ ਸਾਰਾ ਸਿਸਟਮ ਸੈਂਟਰ ਦੇ ਥੱਲੇ ਲੈ ਗਿਆ। ਇਸ ਕਰਕੇ 3 ਕਾਲੇ ਕਾਨੂੰਨ ਹੈ, ਇਹ ਕਾਨੂੰਨ ਬਣ ਗਏ, ਇਹ ਇਹਨਾਂ ਨੂੰ ਵਾਪਸ ਲੈਣੇ ਚਾਹੀਦੇ। ਨਹੀਂ ਵਾਪਸ ਲੈਣਗੇ, ਇਹਨੂੰ ਗੱਦੀ ਤੋਂ ਹੱਥ ਧੋਣੇ ਪੈਣਗੇ। ਜਿਹੜੀ ਉੱਥੇ ਵਧੀਆ ਸਰਕਾਰ ਹੋਏਗੀ, ਲਾਲ ਝੰਡੇ ਦੀ ਸਪੋਰਟ ਕਰਾਂਗੇ ਸ਼ਰਤਾਂ ਦੇ ਤਹਿਤ, ਉਹਨੂੰ ਗੱਦੀ ਤੋਂ ਲਾਵਾਂਗੇ, ਮੋਦੀ ਨੂੰ ਨਵੀਂ ਸਰਕਾਰ ਬਣਾਵਾਂਗੇ। ਇੱਥੇ ਤੱਕ ਲੜਾਈ ਜਾਰੀ ਰਹੇਗੀ,
जे नवी सरकार ने भी आर्डिनेंस ना किते उन्हां दे खिलाफ ही अंदोलन जारी रहेगा। ये देश भगती का अंदोलन है, ये देश चो अंग्रेजां साडी होंद का अंदोलन है, जिहड़ा देश चो अंग्रेज कढ़न लई गदरी बाबिआं ने कम्युनिस्टां ने सारे भारत दे विच पंजाब दे विच अंदोलन किया। ये अज देश की आजादी बचाण का अंदोलन है। जे देश की आजादी बची तो साडा किसान बचेगा, जे किसान बचेगा तो मजदूर बचेगा, व्यापारी बचेगा, आड़ती बचेगा। इस करके असी कुल हिंद किसान सभा वालों इस संघर्ष दे विच शामिल भी है, ते नाल साथी प्रधान सैकटरी साडे नाल है, किरती किसान यूनियन है, कुल हिंद किसान सभा दुआबा किसान यूनियन है, कत्तियां दी मतलब असी हिस्सेदार है, ते उन्हां हमेशा खड़े आ पी नाल। ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਜ਼ੁਰਗੋ? ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਮੋਦੀ ਸਰਕਾਰ ਨੇ ਕਾਨੂੰਨ ਪਾਸ ਕੀਤੇ ਆ, ਇਹਨਾਂ ਨੂੰ ਅਸੀਂ ਵਾਪਸ ਕਰਾਉਣਾ ਚਾਹੁੰਦੇ ਹਾਂ। ਇਹ ਕਿਸਾਨ ਵਾਸਤੇ ਬਹੁਤ ਖਤਰਨਾਕ ਕਾਨੂੰਨ ਆ ਜਿਹੜੇ, ਇਹਨਾਂ ਕਾਨੂੰਨਾਂ ਨੂੰ ਅਸੀਂ ਬਿਲਕੁਲ ਚੱਲਣਾ ਨਹੀਂ ਹੈ, ਨਾ ਪੰਜਾਬ ਨਾਲ ਜਿਹੜਾ ਚੱਲਿਆ ਕਿਸੇ ਨੂੰ ਨਾ ਚੱਲਣ ਦੇਣਗੇ। ਇਹਨਾਂ ਕਿਸਾਨ ਸਭਾ ਨਾਲ ਜਿਹੜੀ ਸਾਰੇ ਸਾਡੇ ਕਿਸਾਨ ਯੂਨੀਅਨ ਇਕੱਠੀਆਂ ਹੋਈਆਂ, 31 ਕਿਸਾਨ ਸਭਾ ਯੂਨੀਅਨ ਜਿਹੜੀਆਂ ਇਕੱਠੀਆਂ ਹੋਈਆਂ, ਉਸ ਤੋਂ ਬਾਅਦ 200 ਯੂਨੀਅਨ ਸਾਰੇ ਹਿੰਦੁਸਤਾਨ 'ਚ ਇਕੱਠੀਆਂ ਹੋਈਆਂ, ਇਹ ਇਕੱਠੇ ਨਾ ਕਹਿਣ। ਇਹ ਮੋਦੀ ਇਹ ਨਾ ਸਮਝੇ ਵੀ ਕਿਸਾਨ ਇਕੱਲੇ ਇਕੱਲੇ ਰਹਿ ਗਏ, ਇੱਥੇ ਕਿਸਾਨ ਸਾਰੇ ਇਕੱਠੇ ਹੋ ਚੁੱਕੇ ਆ, ਜਿਹਦੇ ਨਾਲ ਅੱਜ ਮੋਦੀ ਨਾਲ ਕਾਨੂੰਨਾਂ ਖਾਦਰ ਅੱਜ ਕਿੰਨੇ ਲੋਕ ਬੇਕਾਰ ਕਰਤੇ, ਮਜ਼ਦੂਰਾਂ ਨੂੰ ਖਤਮ ਕਰਤਾ, ਕਰਨ ਵਾਸਤੇ ਤੁਰ ਗਏ ਆ, ਕਿਸਾਨ ਖਤਮ ਹੋ ਗਏ ਆ। ਇਹ ਸਾਰੇ ਲੋਕਾਂ ਨੂੰ ਕਰਨ ਵਾਸਤੇ ਨਾ ਇਹਨਾਂ ਲੋਕਾਂ ਦਾ ਕੋਈ ਕਸਰ ਨਹੀਂ ਛੱਡੀ। ਅੱਜ ਕਿਸਾਨ ਇਕੱਠਾ ਹੋਇਆ ਜਾਗ ਪਿਆ, ਅੱਜ ਕਿਸਾਨ ਇਹਨਾਂ ਨੂੰ ਦੱਸ ਦੇਣਗੇ ਵੀ ਕੀ ਕਾਨੂੰਨ ਹੁੰਦੇ ਆ, ਤੁਹਾਡੇ ਕਾਨੂੰਨ ਵਾਪਸ ਲੈਣੇ ਪੈਣਗੇ, ਤੁਹਾਨੂੰ ਛੱਡ ਕੇ ਭੱਜਣਾ ਪਏਗਾ, ਤੁਹਾਨੂੰ ਸਰਕਾਰਾਂ ਛੱਡਣੀਆਂ ਪੈਣਗੀਆਂ। ਸੋ ਮੈਂ ਤਾਂ ਇਹ ਬੇਨਤੀ ਕਰੂੰਗਾ, ਇੱਕ ਸ਼ਬਦ ਰਹਿ ਗਿਆ, ਜਿੱਥੇ ਕਿਸਾਨ ਜਥੇਬੰਦੀਆਂ ਦੋਸਤਾਂ ਨੇ ਜਥਾ ਦਿੱਤਾ ਸਾਰੇ ਹਿੰਦੁਸਤਾਨ 'ਚ, ਭਾਰਤ ਨੂੰ ਘੇਰਾਬੰਦੀ ਦਿੱਲੀ ਨੂੰ ਕਰ ਰਹੇ ਹਾਂ 26 ਔਰ 27 ਨਵੰਬਰ ਨੂੰ, ਉਹ 'ਚ ਪੰਜਾਬ 'ਚੋਂ ਸਾਰੇ ਹਿੰਦੁਸਤਾਨ 'ਚ ਲੱਖਾਂ ਦੀ ਗਿਣਤੀ 'ਚ ਆ ਕੇ ਲੋਕਾਂ ਦੀ ਦਿੱਲੀ ਦੇ ਵਿੱਚ ਘੇਰਾਬੰਦੀ ਮੋਦੀ ਦੀ ਕੀਤੀ ਜਾਏਗੀ। ਉਹ ਤੋਂ ਬਾਅਦ ਢਰਦਾ ਹੋਇਆ ਸ਼ਾਇਦ ਮੋਦੀ ਰਿਜਾਇਨ ਕਰ ਜਾਏ, ਫਿਰ ਰਿਜਾਇਨ, ਇਹ ਬੜਾ ਬੇਸ਼ਰਮ ਬੰਦਾ, ਇਹ ਟੀਟ ਹੈ, ਫਿਰਕੂ ਵੀ ਆ, ਦੇਸ਼ ਨੂੰ ਤੋੜਤਾ, ਜੰਮੂ ਕਸ਼ਮੀਰ ਤੋੜਤਾ, ਰਾਮ ਮੰਦਰ ਧੱਕੇ ਨਾਲ ਬਣਾ ਦਿੱਤਾ। ਇਸ ਕਰਕੇ ਇਹ ਕਿਸਾਨਾਂ ਨੂੰ ਦਿਵਾਉਣ ਦਾ, ਜ਼ਮੀਨ ਖੋਣ ਦਾ ਅਧਿਕਾਰ ਹੈ। ਸਾਨੂੰ ਮਜ਼ਦੂਰ ਡੱਬਾ ਲੈ ਕੇ ਅਸੀਂ ਦਿਹਾੜੀਦਾਰ ਜਾਵਾਂਗੇ, ਕਿਉਂਕਿ ਅਸੀਂ ਮਾਲਕ ਹੈ, ਅਸੀਂ ਜ਼ਮੀਨਾਂ ਨਹੀਂ ਛੱਡ ਸਕਦੇ। ਇਸ ਕਰਕੇ ਮੈਂ ਲੋਕਾਂ ਨੂੰ ਸੱਦਾ ਦਿੱਤਾ ਕਿ 26 ਔਰ 27 ਨਵੰਬਰ ਦੀ ਰੈਲੀ ਵਿੱਚ ਹੁੰਮਾਂ ਕੇ ਪੁੱਜੋ, 14 ਤਰੀਕ ਨੂੰ ਆ ਜਿਹੜਾ 14 ਅਕਤੂਬਰ ਹੈ, ਅਤੇ ਉਹਦੇ ਵਿੱਚ ਅਸੀਂ ਪ੍ਰਤੀਗਿਆ ਦਿਵਸ ਮਨਾਵਾਂਗੇ, ਤਾਂ ਕਿ ਅਸੀਂ ਜਿਹੜੀ ਲਾਹੇਵੰਦ ਭਾਵ ਉਹਨਾਂ ਨੂੰ ਬਰਕਰਾਰ ਰੱਖਿਆ ਜਾ ਸਕੇ। ਅਤੇ ਇਹ ਸ਼ਬਦ ਕਹਿੰਦਾ ਹੋਇਆ ਬਿਲਕੁਲ ਇਨਕਲਾਬ ਜ਼ਿੰਦਾਬਾਦ। ਬਹੁਤ ਸ਼ੁਕਰੀਆ। ਔਰ ਇਨਕਲਾਬ ਦੀ ਗੱਲ ਕਰੀਏ ਤਾਂ ਸਾਡੇ ਰੂਹਾਂ 'ਤੇ ਇਨਕਲਾਬ ਉਦੋਂ ਲਿਖਿਆ ਗਿਆ ਸੀ ਜਿੱਦੇ ਗੁਰੂ ਨਾਨਕ ਪਾਤਸ਼ਾਹ ਨੇ ਏਕਮ ਕਰਵਾ ਦਿੱਤਾ ਸੀ। ਔਰ ਇਹ ਲੜਾਈ ਇਨਸਾਨੀਅਤ ਦੀ ਵੀ ਲੜਾਈ ਆ, ਆਪਣੀ ਹੋਂਦ ਦੀ ਵੀ ਲੜਾਈ ਆ, ਪਰ ਇੱਥੇ ਇੱਕ ਹੋਰ ਚੀਜ਼ 'ਤੇ ਜਾਗਰੂਕ ਕਰਨਾ ਚਾਹੁੰਦੇ ਹਾਂ ਕਿ ਉਹੀ ਲੋਕ ਨੇ ਜਿਹੜੇ ਫਸਲਾਂ ਦੇ ਉੱਤੇ ਪਾਉਣ ਲਈ ਸਪਰੇ ਬਣਾਉਂਦੇ ਨੇ ਅਤੇ ਉਹੀ ਲੋਕ ਮੁੜ ਕੇ ਕੈਂਸਰ ਦੀ ਦਵਾਈਆਂ ਵੀ ਬਣਾਉਂਦੇ ਨੇ। ਅਸੀਂ ਇਹਨਾਂ ਦੇ ਕਦ ਤੱਕ ਗੁਲਾਮ ਰਵਾਂਗੇ? ਪਹਿਲਾਂ ਸਾਨੂੰ ਇਹਨਾਂ ਨੇ ਹਰੀ ਕ੍ਰਾਂਤੀ ਲਿਆਉਣ ਲਈ ਸਾਡੇ ਪਾਣੀ ਜਿਹੜੇ ਡੂੰਘੇ ਕਰ ਦਿੱਤੇ, ਸਾਨੂੰ ਕੈਂਸਰ ਦੀਆਂ ਬਿਮਾਰੀਆਂ ਦੇ ਦਿੱਤੇ, ਹੁਣ ਉਹੀ ਲੋਕ ਦਵਾਈ ਵੀ ਦੇ ਰਹੇ ਨੇ, ਸਾਰੇ ਬਿਜ਼ਨਸ ਇਹਨਾਂ ਦੇ ਨੇ, ਔਰ ਸਿਰਫ ਸਾਨੂੰ ਸਿਰਫ ਔਰ ਸਿਰਫ ਵਰਤਿਆ ਜਾ ਰਿਹਾ। ਔਰ ਅਸੀਂ ਇਸ ਚੀਜ਼ ਲਈ ਜਦੋਂ ਅਵੇਅਰ ਹੋਵਾਂਗੇ, ਜਦੋਂ ਹੁਣ ਇਹ ਜਿਹੜੀ ਲੜਾਈ ਆ ਇਹਨੂੰ ਸਿਰੇ ਤੱਕ ਲੈ ਕੇ ਜਾਵਾਂਗੇ, ਤਾਂ ਹੀ ਸਾਡੀ ਹੋਂਦ ਬਚ ਸਕੇਗੀ, ਨਹੀਂ ਤਾਂ ਇਹਨਾਂ ਨੇ ਤਾਂ ਟੀਚਾ ਮਿੱਥਿਆ ਹੈ ਸਾਨੂੰ ਬਰਬਾਦ ਕਰਨ ਦਾ। ਜੁੜੇ ਰਹੋ ਬੀਬਤੀ ਨਵਾਂ ਸ਼ਹਿਰ ਦੇ ਨਾਲ, ਹਾਲੇ ਅਸੀਂ ਇੱਥੇ ਹੀ ਹਾਂ, ਤੁਹਾਨੂੰ ਹੋਰ ਵੀਡੀਓ ਵੀ ਦਿਖਾਉਣੀ ਇਸ ਧਰਨੇ ਦੀਆਂ। ਸਤਿ ਸ਼੍ਰੀ ਅਕਾਲ।